ਸਾਹਮਣੇ ਕੰਮ ਕਰਦਾ ਸੀ ਤੇ ਮੈਨੂੰ ਹੁਣੇ ਫੋਨ ਆਇਆ ਸੀ ਕਿਸੇ ਦੋਸਤ ਦਾ। ਉਹਨਾਂ ਨੇ ਦੱਸਿਆ ਕਿ ਇੱਥੇ ਤੇਰੀ ਭੂਆ ਦਾ ਮੁੰਡਾ ਲੰਮੇ ਪਿਆ ਦਾ ਵਾ ਤੇ ਆਪਾਂ ਹੁਣੇ ਫਿਰ ਨਾਲ ਹੀ ਆ ਗਏ ਆਣ ਕੇ ਦੇਖਿਆ ਤੇ ਦੇ ਦਿੱਤਾ। ਕਿੱਥੇ ਕੰਮ ਕਰਦੇ ਜੀ? ਸਾਹਮਣੇ ਵੈਸ਼ਨੋ ਢਾਬੇ ਤੇ, ਸ਼ਿੰਦਨ ਢਾਬੇ ਜੀ ਦਾ। ਤੁਹਾਨੂੰ ਕੀ ਲੱਗਦਾ? ਕਮੇਟੀ ਘਰ ਦੇ ਨਾਲ ਹੀ ਹੈ। ਤੁਹਾਨੂੰ ਕੀ ਲੱਗਦਾ ਕਿੱਦਾਂ ਦੱਸ ਹੋਈ ਹੈ? ਪਤਾ ਨਹੀਂ ਭਾਜੀ, ਐ ਨਹੀਂ ਕੁਝ ਕਹਿ ਸਕਦੇ। ਸਾਨੂੰ ਸ਼ੱਕ ਦੀ ਤੌਰ ਤੇ ਹੀ ਹੈ ਵੈਸੇ। ਇਹ ਸਰ ਮੇਰੇ ਕੋਲ ਕਿਰਾਏ ਤੇ ਰਹਿੰਦਾ ਮੁੰਡਾ, ਸਰਵਨੇ ਦਾ ਨਾਮ ਹੈ, ਪਿਓ ਦਾ ਨਾਮ ਤਿਲਕ ਰਾਜ ਹੈ। ਇਹਦੀ ਮਾਤਾ ਦੀ ਪਹਿਲਾਂ ਡੈਥ ਹੋ ਚੁੱਕੀ ਹੈ ਤੇ ਇਹਦਾ ਜਿਹੜਾ ਪਿਓ ਹੈ ਉਹ ਉੱਥੇ ਗਿਆ ਦਾ ਹੁਸ਼ਿਆਰਪੁਰ ਆਪਣੀ ਕੁੜੀ ਕੋਲ ਤੇ ਇਹ ਇੱਥੇ ਚੰਦਰ ਢਾਬਾ ਵਾ ਕਮੇਟੀ ਨਗਰ ਨਿਗਮ ਦੇ ਨਾਲ ਹੀ, ਇਹ ਇੱਥੇ ਹੀ ਕੰਮ ਕਰਦਾ ਸੀ, ਇੱਥੇ ਹੀ ਰਹਿੰਦਾ ਸੀ, ਰਾਤ ਸਾਰੀ ਇੱਥੇ ਰਹਿੰਦੇ, ਕੈਂਪ ਜਾਂਦੇ ਹੀ ਨਹੀਂ ਇਹ। ਤੇ ਘਰ ਦੇ ਤਾਲਾ ਲਮਾਰ ਕੇ ਦਾ ਪਿਓ ਗਿਆ ਹੋਇਆ ਉੱਥੇ ਆਪਣੀ ਲੜਕੀ ਕੋਲ, ਇਹ ਅੱਜ ਸਵੇਰੇ ਪਤਾ ਲੱਗਾ ਕਿ ਇਹਦੀ ਡੈਥ ਹੋ ਗਈ ਆ ਤੇ ਅਸੀਂ ਆਏ ਹਾਂ ਦੇਖਿਆ ਤੇ ਡੈਥ ਪਈ ਹੈ। ਸਾਨੂੰ ਘਰ ਜੀ ਮੇਰੀ ਸੱਸ ਨੇ ਫੋਨ ਕੀਤਾ ਕਰਕੇ ਦੱਸਿਆ ਮੈਨੂੰ ਕਿ ਪਤਾ ਕਰੋ ਵੀ ਉਹਦੀ ਡੈਥ ਹੋ ਗਈ ਸਰਵਨ ਦੀ, ਮੇਰੇ ਪਿਓ ਨੇ ਫੋਨ ਕੀਤਾ ਵਾ ਤੇ ਮੈਂ ਹਾਲੇ ਤਿਆਰ ਹੋਣ ਡਿਆ ਤਾਂ ਇੱਕ ਲੜਕੀ ਮੇਰੇ ਘਰ ਗਈ ਆ, ਉਹਨੇ ਦੱਸਿਆ ਜੀ ਤੁਹਾਡੇ ਜਿਹੜੇ ਇੱਥੇ ਮੁੰਡਾ ਕਿਰਾਏ 'ਤੇ ਰਹਿੰਦਾ ਉਹਦੀ ਡੈਥ ਹੋ ਗਈ ਆ ਅਤੇ ਉੱਥੇ ਪੁਲਿਸ ਵਾਲੇ ਵੀ ਨਾ ਅਤੇ ਸਾਰੇ ਬੈਠੇ ਦਿਨ ਲੱਗੇ, ਤੁਸੀਂ ਆਓ ਆਣ ਕੇ ਸ਼ਨਾਖਤ ਕਰ ਲਓ ਤੇ ਵੇਖੋ ਉਹਨੂੰ ਕੀ ਕਰਨਾ। ਹਾਂਜੀ ਪਤਾ ਨਹੀਂ ਸਰ ਇਹਦਾ ਮੈਨੂੰ, ਹੁਣ ਇਹਦੇ ਹੁਣ ਮੈਂ ਅਸੀਂ ਚਾਹੁੰਦੇ ਹਾਂ ਵੀ ਪੋਸਟਮਾਰਟਮ ਵਾਸਤੇ ਕਰਨ ਲੱਗੇ ਹਾਂ ਸਿਵਲ ਹਸਪਤਾਲ, ਇਹ ਤਾਂ ਹੁਣ ਉਹ 'ਤੇ ਪਤਾ ਲੱਗਿਆ ਵੀ ਡੈਥ ਕਿੱਦਾਂ ਹੋਈ ਇਹਦੀ। ਪਤਾ ਲੱਗਾ ਨਾ, ਨਹੀਂ ਮੰਮੀ ਜਵਾਈ ਆ ਮੇਰਾ, ਕਹਿੰਦਾ ਨਹੀਂ ਤਾਂ ਸਾਡੇ ਘਰ ਕੋਈ ਕੁੜੀ ਦੱਸਣ ਆਈ ਹੈ ਮੁੰਡਾ ਉੱਥੇ ਮਰਿਆ ਦਾ ਪਿਆ ਦਾ, ਔਰ ਸਾਨੂੰ ਨਹੀਂ ਜੀ ਭਾਈ ਅੱਗੇ ਪਤਾ ਕੀ ਚਾਂਸ ਬਣਿਆ ਕੀ ਨਹੀਂ। ਉਹ ਤੁਸੀਂ ਕੀ ਕੰਮ ਕਰਦਾ ਜੀ? ਕੰਮ ਇੱਥੇ ਕਿਤੇ ਆਉਂਦੇ ਹੋਟਲ 'ਤੇ ਲੱਗਾ ਦਾ ਕਿਤੇ। ਤੁਹਾਨੂੰ ਕੀ ਲੱਗਦਾ ਕਦੇ ਸ਼ੱਕ ਪਿਆ ਵੀ ਕਿੱਦਾਂ ਕੋਈ ਖਾਧਾ ਕੀ ਕਿੱਦਾਂ? ਹੁਣ ਵੇਖੋ ਉਹਦੇ ਪਤਾ ਉੱਥੇ ਹੀ ਲੱਗਣਾ, ਪੋਸਟਮਾਰਟਮ 'ਚ ਸਾਨੂੰ ਸ਼ੱਕ ਹੀ ਆ ਜੇ, ਤੇ ਸ਼ੱਕ ਹੀ ਆ ਜੀ ਕੱਲ੍ਹ ਚੰਗਾ ਭਲਾ ਤੇ ਅੱਜ ਰਾਤ ਦੀ ਕਿਤੇ ਮੌਤ ਹੋਈ ਆ ਨਹੀਂ, ਕੋਈ ਚਾਂਸ ਬਣਿਆ ਹੀ ਆ ਤਾਂ ਸਰਕਾਰੀ ਡਿਸ਼ ਦੀ ਮੌਤ ਹੋਈ ਆ, ਕੋਈ ਹੋਇਆ ਹੀ ਕਾਰਨ, ਨਹੀਂ ਤਾਂ ਇੰਨਾ ਵੀ ਨਹੀਂ ਕੋਈ ਮਾੜਾ, ਸਿਹਤ ਵੀ ਠੀਕ ਠਾਕ ਸੀ ਪਰ ਕਾਲਾ ਪਰਸੋਂ ਸਾਨੂੰ ਮਿਲਿਆ ਕੱਲ ਨਹੀਂ ਮਿਲਿਆ ਸਾਡੇ ਮਹੱਲੇ ਆਇਆ ਦਾ ਜੀ। ਅਸੀਂ ਕਿਉਂਕਿ ਬੱਸ ਸਟੈਂਡ ਤੋਂ ਬੋਲਦੇ ਜੀ ਅਤੇ ਕਮੇਟੀ ਘਰ ਲੈ ਸਾਨੂੰ ਜਾ ਕੇ ਦੱਸਿਆ ਵੀ ਇੱਥੇ ਲੈ ਕਲਾਸ ਪਈ ਹੈ ਅਤੇ ਆ ਕੇ ਤੇ ਅਸੀਂ ਚੁੱਕ ਕੇ ਫੜ ਕੇ ਪੋਸਟਮਾਰਟਮ ਕਰਾਉਣ ਲੱਗੇ, ਵਾਰਸ ਜਿਹੜੇ ਆ ਗਏ ਪਛਾਣ ਹੋ ਗਈ ਕਿੱਥੋਂ ਦੀ? ਪਛਾਣ ਹੋ ਗਈ ਗੰਧ ਕਿਵੇਂ ਪਤਾ ਜੀ? ਕਿੰਨੀ ਕੁ ਉਮਰ ਹੈ ਜੀ? ਇਹਦੀ ਕਰੀਬ 32 ਸਾਲ ਉਮਰ ਹੈ ਜੀ। ਕਿੱਥੇ ਕੰਮ ਕੁੰਮ ਕਿੱਥੇ ਕਰਦਾ ਜੀ? ਇਹ ਕੋਈ ਚਾਂਦ ਹੋਟਲ ਦੱਸਦੇ ਇੱਥੇ ਕੋਈ ਲੱਗੇ ਹੈਗਾ ਉੱਥੇ ਕੰਮ ਕਰਦਾ। Oh, my God.